ਵੀਰ ਦਾ ਪੈਰ ਜਿਹੜਾ ਹੈਗਾ ਉਹ ਪੋਲੀਓ ਹੋਇਆ ਪਿਆ ਪੈਰ ਨੂੰ। ਇਹ ਕਿਰਤ ਕਰ ਰਿਹਾ ਇਹ ਵੀਰ। ਮੈਨੂੰ ਇਹ ਦੱਸੋ ਵੀ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਸਵਾਰੀਆਂ ਵਗੈਰਾ ਮਿਲ ਜਾਂਦੀਆਂ ਜੀ? ਬਾਹਲਾ ਹੀ ਮੰਦਾ ਹੈ। ਪਰ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਉਹ ਕਈ ਐਂਟੀ ਹੋ ਜਾਂਦੇ ਆ, ਕੋਈ ਪੱਖੀ ਹੋ ਜਾਂਦੇ ਨੇ। ਸੋ ਜੇਕਰ ਤੁਹਾਨੂੰ ਇਹ ਗੱਲ ਠੀਕ ਲੱਗੀ ਹੈ ਤਾਂ ਇਹ ਮੈਸੇਜ ਜ਼ਰੂਰ ਸਾਰਿਆਂ ਨੂੰ ਦਿਓ। ਚਲੋ ਇੱਕ ਸਿੱਖੀ ਸਰੂਪ ਦੇ ਵਿੱਚ ਨਹੀਂ ਹੈਗਾ ਪਰ ਕਿਰਤ ਤਾਂ ਕਰ ਰਿਹਾ ਨਾ। ਅਸੀਂ ਧਰਮਾਂ ਤੋਂ ਉੱਤੇ ਉੱਠ ਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਨਸਾਨੀਅਤ ਦਾ ਸਬਕ ਸਿਖਾਇਆ ਸੀ, ਉਹ ਦੇਖਣਾ। ਕਰ ਲਿਆ ਕਰੋ, ਰਿਕਸ਼ਾ ਕਰ ਲਿਆ ਕਰੋ। ਬਹੁਤ ਰਿਕਸ਼ੇ ਜਿਹੜੇ ਹੈਗੇ ਆ ਚਲਾਉਣ ਵਾਲੇ ਅਪਾਹਜ ਹੁੰਦੇ ਆ ਨਾ ਜੀ? ਹਾਂਜੀ ਹਾਂਜੀ ਹੈਗੇ। ਇੱਥੇ ਹੋਰ ਵੀ? ਹਾਂਜੀ ਹੈਗੇ। ਤੁਸੀਂ ਸੰਗਤ ਦੇ ਰੂਪ ਦੇ ਵਿੱਚ ਜਦੋਂ ਪੈਦਲ ਜਾਂਦੇ ਹੋ ਨਾ, ਜੇ ਤੁਹਾਨੂੰ ਅਪਾਹਜ ਕੋਈ ਰਿਕਸ਼ੇ ਵਾਲਾ ਦਿਖਦਾ ਹੈ ਤਾਂ ਥੋੜ੍ਹਾ ਜਿਹਾ ਹੱਥ ਲਗਾ ਦਿਆ ਕਰੋ ਰਿਕਸ਼ੇ ਨੂੰ, ਮਤਲਬ ਕਿ ਉੱਤੇ ਸਵਾਰੀ ਬੈਠੀ ਹੈ। ਤਾਂ ਬਹੁਤ ਸਾਰੀ ਸੰਗਤ ਅਜਿਹੀ ਸੀਗੀ ਜਿਹੜੇ ਹੱਥ ਲਗਾਉਂਦੇ ਰਹੇ, ਧੱਕਾ ਲਗਾਉਂਦੇ ਰਹੇ ਵੀਰ ਨੂੰ ਦੇਖ ਕੇ। ਸੋ ਬਹੁਤ ਵਧੀਆ ਉਹ ਕਾਰਜ, ਆਪਣੇ ਆਪ ਦੇ ਵਿੱਚ ਇੱਕ ਸੇਵਾ ਹੈ, ਆਪਣੇ ਆਪ ਦੇ ਵਿੱਚ ਇੱਕ ਮਦਦ ਹੈ ਤੁਹਾਡੇ ਵੱਲੋਂ। ਪੰਜਾਬੀ ਲੋਕ ਚੈਨਲ ਅਤੇ ਜਗਦੀਪ ਸਿੰਘ ਥਲੀ ਵੱਲੋਂ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਹਰ ਕੋਈ ਇਸ ਪ੍ਰਕਾਸ਼ ਪੁਰਬ ਨੂੰ, ਇਸ ਦਿਹਾੜੇ ਨੂੰ ਆਪੋ ਆਪਣੇ ਢੰਗ ਨਾਲ ਮਨਾਉਣਾ ਚਾਹ ਰਿਹਾ ਅਤੇ ਹਰ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੁੱਟਣਾ ਚਾਹ ਰਿਹਾ ਅਤੇ ਉਸ ਦੇ ਵਿੱਚ ਅਸੀਂ ਵੀ ਸ਼ਾਮਿਲ ਹਾਂ। ਅਸੀਂ ਵੀ ਕੁਝ ਅਜਿਹਾ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਸਕੇ, ਉਹਨਾਂ ਦੇ ਉਪਦੇਸ਼ਾਂ ਨੂੰ ਵੰਡ ਸਕੀਏ, ਅਸੀਂ ਵੀ ਕਿਰਤ ਦਾ ਹੋਕਾ ਦੇ ਸਕੀਏ, ਖੁਦ ਕਿਰਤ ਕਰ ਸਕੀਏ। ਅਤੇ ਉਸੇ ਕਰਕੇ ਅੱਜ ਇੱਕ ਵੀਡੀਓ ਹੋਰ ਸਾਨੂੰ ਬਣਾਉਣੀ ਪੈ ਰਹੀ ਹੈ। ਅਤੇ ਮੈਂ ਦੱਸ ਦੇਵਾਂ ਕਿ ਮੈਂ ਅੱਜ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਜਗ੍ਹਾ ਸੁਲਤਾਨਪੁਰ ਲੋਧੀ ਵਿਖੇ ਹਾਂ। ਸੁਲਤਾਨਪੁਰ ਲੋਧੀ ਤੋਂ ਇਸ ਵੇਲੇ ਮੈਂ ਇੱਕ ਰਿਕਸ਼ੇ ਦੇ ਉੱਤੇ ਬੈਠਾ ਹਾਂ ਅਤੇ ਇਸ ਰਿਕਸ਼ੇ ਵਾਲੇ ਵੀਰ ਦੀ ਸਾਨੂੰ ਇੱਕ ਵੀਡੀਓ ਬਣਾਉਣੀ ਪੈ ਰਹੀ ਹੈ, ਇੱਕ ਸੰਦੇਸ਼ ਦੇ ਲਈ, ਇੱਕ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੇ ਲਈ। ਅਤੇ ਕਿਉਂਕਿ ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ ਸੰਦੇਸ਼ ਦਿੱਤਾ, ਉੱਥੇ ਹੀ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਇਸ ਉਪਦੇਸ਼ਾਂ ਨੂੰ, ਇਹਨਾਂ ਉਪਦੇਸ਼ਾਂ ਨੂੰ ਕਮਾਉਣ ਦੇ ਲਈ ਵੀ ਆਖਿਆ। ਅਤੇ ਅੱਜ ਇਸ ਵੀਰ ਦੇ ਨਾਲ ਬੈਠੇ ਹਾਂ। ਉੱਧਰ ਗੁਰਦੁਆਰਾ ਸਾਹਿਬ ਹੈਗਾ ਹੈ ਗੁਰਦੁਆਰਾ ਬੇਰ ਸਾਹਿਬ। ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਜਦੋਂ ਅਸੀਂ ਆ ਰਹੇ ਸੀਗੇ, ਪੈਦਲ ਚੱਲ ਕੇ ਆ ਰਹੇ ਸੀ, ਤਾਂ ਇਹ ਵੀਰ ਦਾ ਰਿਕਸ਼ਾ ਦਿਖਿਆ ਅਤੇ ਅਸੀਂ ਇਸ ਦੇ ਰਿਕਸ਼ੇ ਨੂੰ ਕਿਰਾਏ 'ਤੇ ਕੀਤਾ। ਪਰ ਉਦੋਂ ਹੋਰ ਇੱਕ ਮਨ ਦੇ ਵਿੱਚ ਆਇਆ ਕਿ ਕਿਉਂਕਿ ਇਸ ਵੀਰ ਦਾ ਪੈਰ ਜਿਹੜਾ ਹੈਗਾ ਉਹ ਪੋਲੀਓ ਹੋਇਆ ਪਿਆ ਪੈਰ ਨੂੰ, ਇਹ ਕਿਰਤ ਕਰ ਰਿਹਾ ਇਹ ਵੀਰ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ, ਬਹੁਤ ਪਰਮਾਤਮਾ ਨੇ ਬਿਲਕੁਲ ਤੰਦਰੁਸਤ ਰੱਖੇ ਹੁੰਦੇ, ਆਪਾਂ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਹਾਂ, ਪਰ ਇਹ ਵੀਰ ਕਿਰਤ ਕਰ ਰਿਹਾ ਹੈ, ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਕਿਰਤ ਕਰਨ ਨੂੰ ਕਮਾ ਰਿਹਾ। ਅਤੇ ਸਭ ਤੋਂ ਪਹਿਲਾਂ ਤਾਂ ਬਹੁਤ ਵਧਾਈ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਕਾਸ਼ ਪੁਰਬ ਦੀ। ਲੱਖ ਲੱਖ ਵਧਾਈ। ਹਾਂਜੀ, ਨਾਮ ਦੱਸੋ ਆਪਣਾ ਕੀ ਹੈ ਤੁਹਾਡਾ? ਸੁਖਜਿੰਦਰ ਸਿੰਘ ਜੀ। ਹਾਂਜੀ, ਸੁਖਜਿੰਦਰ ਸਿੰਘ। ਸੁਖਜਿੰਦਰ ਸਿੰਘ, ਸੁਖਜਿੰਦਰ ਸਿੰਘ ਜੀ ਤੁਸੀਂ ਸਾਨੂੰ ਲੈ ਕੇ ਆਇਓ ਪਹਿਲੇ ਤਾਂ ਉੱਥੋਂ, ਬਹੁਤ ਧੰਨਵਾਦ ਤੁਹਾਡਾ। ਹਾਂਜੀ, ਅਜੇ ਕਿਰਾਇਆ ਦੇਣਾ ਮੈਂ ਤੁਹਾਨੂੰ। ਹਾਂਜੀ, ਕੋਈ ਗੱਲ ਨਹੀਂ। ਅਤੇ ਮੈਨੂੰ ਰਿਹਾ ਨਹੀਂ ਗਿਆ ਵੀਰੇ, ਮੈਂ ਕਿਉਂਕਿ ਜੋ ਤੁਸੀਂ ਕੰਮ ਕਰ ਰਹੇ ਹੋ ਉਹ ਬਹੁਤ ਲੋਕ ਹੈਗੇ ਨੇ ਵੀ ਆਪਾਂ ਹੈ ਨਾ ਜੀ ਭੀਖ ਮੰਗਣਾ, ਤੁਸੀਂ ਆਪਣੀ ਕਮਾਈ ਕਰ ਰਹੇ ਹੋ, ਇਹ ਵਿਚਾਰਾ ਨਹੀਂ ਹੈ, ਇਹ ਮਿਹਨਤੀ ਬੰਦਾ ਹੈ। ਅਤੇ ਮੈਨੂੰ ਇਹ ਦੱਸੋ ਵੀ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਸਵਾਰੀਆਂ ਵਗੈਰਾ ਮਿਲ ਜਾਂਦੀਆਂ ਜੀ? ਬਾਹਲਾ ਹੀ ਮੰਦਾ ਹੈ। ਮੰਦਾ ਹੈ? ਮੰਦਾ ਬਾਹਲਾ ਜੀ। ਅੱਛਾ ਜੀ, ਉਹ ਜਿਹੜੇ ਥ੍ਰੀ ਵੀਲਰ ਤਾਂ ਭਰੇ ਭਰੇ ਜਾਂਦੇ ਆ ਜੀ, ਪੂਰੇ ਬਹੁਤ ਭਰ ਭਰ ਕੇ ਜਾਂਦੇ ਆ ਜੀ, ਕਿਸੇ ਵਕਤ ਖਾਲੀ ਵੀ ਜਾਣਾ ਪੈਂਦਾ ਜੀ। ਅੱਛਾ, ਹਾਂਜੀ, ਕਿਉਂ ਜੀ? ਫੇਮਸ ਸਵਾਰੀ ਨੇ ਤੁਰ ਤੁਰ ਕੇ ਬਹੁਤ ਜਾਂਦੀ ਬਾਈ, ਤੁਰ ਕੇ ਜਾਂਦੀ। ਹਾਂਜੀ, ਅਤੇ ਨਹੀਂ ਮਿਲ ਰਹੀ ਸਵਾਰੀ? ਨਹੀਂ ਮਿਲ। ਅੱਜ ਕਿੰਨੀ ਕੁ ਜਿਹੜੀਆਂ ਸਵਾਰੀਆਂ ਤੁਸੀਂ ਝੋਲੀਆਂ ਜੀ? ਅੱਜ 150 ਰੁਪਏ ਬਣਾਇਆ।
150 ਰੋਜ਼ਾਨਾ ਕਿੰਨਾ ਬਣ ਜਾਂਦਾ ਵੈਸੇ? ਕੰਮ ਜ਼ਿਆਦਾ ਹੀ ਬਣ ਜਾਵੇ, 500 ਵੀ ਬਣ ਜਾਂਦਾ ਕੰਮ, 500 ਬਣ ਜਾਂਦਾ। ਹਾਂਜੀ। ਕਿੱਥੋਂ ਹੋ ਤੁਸੀਂ? ਪਿੰਡ ਸੈਲਾਪੁਰ ਬੇਟ। ਕਿੱਥੇ ਪੈਂਦਾ ਜੀ? ਤਲਵੰਡੀ ਚੌਂਕ ਲੱਗੇ। ਅੱਛਾ। ਹਾਂਜੀ। ਅਤੇ ਮੰਦਾ ਹੈ ਵੀਰੇ ਦੇ ਮੁਤਾਬਿਕ 150 ਰੁਪਇਆ ਜਿਹੜਾ ਹੁਣ ਤੱਕ ਵੱਟਿਆ ਹੈ ਵੀਰ ਨੇ। ਚਲੋ ਜਿੰਨੀ ਮੇਰੇ ਤੋਂ ਹੈਲਪ ਹੁੰਦੀ ਮੈਂ ਜ਼ਰੂਰ ਕਰਾਂਗਾ, ਪਰ ਇਹ ਮਿਹਨਤੀ ਬੰਦਾ ਇਹ। ਚਲੋ ਇੱਕ ਸਿੱਖੀ ਸਰੂਪ ਦੇ ਵਿੱਚ ਨਹੀਂ ਹੈਗਾ ਪਰ ਕਿਰਤ ਤਾਂ ਕਰ ਰਿਹਾ ਨਾ। ਅਸੀਂ ਧਰਮਾਂ ਤੋਂ ਉੱਤੇ ਉੱਠ ਕੇ, ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਨਸਾਨੀਅਤ ਦਾ ਸਬਕ ਸਿਖਾਇਆ ਸੀ, ਉਹ ਦੇਖਣਾ। ਕਰ ਲਿਆ ਕਰੋ, ਰਿਕਸ਼ਾ ਕਰ ਲਿਆ ਕਰੋ ਦੋਸਤੋ, ਐਡੀ ਦੂਰ ਆਉਂਦੇ ਹੋ ਤੁਸੀਂ ਅਤੇ ਕਿਉਂਕਿ ਅੰਦਰ ਜਾਣ ਵੀ ਨਹੀਂ ਦਿੰਦੇ। ਆਪਾਂ ਨਾ 3-wheeler ਦੇਖੀ ਜਾਂਦੇ ਵੀ ਉਹ ਤੇਜ਼ ਚੱਲੂਗਾ, ਵੀ ਛੇਤੀ ਪਹੁੰਚ ਜਾਂਗੇ, ਪਰ ਇਹ ਲੋਕਾਂ ਦਾ ਦੇਖ ਲਿਆ ਕਰੋ। ਤਾਂ ਹੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਪੁਰਬ ਮਨਾਏ ਸਾਡੇ ਸਫਲ ਹੋ ਸਕਦੇ ਹਾਂ। ਸਿਰਫ ਲੰਗਰ ਛੱਕ ਕੇ ਮੁੜ ਜਾਈਏ ਜਾਂ ਉਹਨਾਂ ਲੋਕਾਂ ਵੱਲ ਦੇਖੀਏ ਹੀ ਨਾ, ਕਿਉਂਕਿ ਜੇ ਅਸੀਂ ਕਿਰਤ ਕਰਨੀ ਹੈ ਖੁਦ, ਤਾਂ ਜਿਹੜੇ ਕਿਰਤ ਕਰ ਰਹੇ ਨੇ ਉਹਨਾਂ ਨੂੰ ਵੀ ਜੇ ਉਹਨਾਂ ਦੀ ਮਿਹਨਤ ਮਿਲ ਜਾਵੇ ਜਾਂ ਉਹਨਾਂ ਦੇ ਲਈ ਕੁਛ ਕਰ ਲਈਏ, ਭੀਖ ਦੇਣ ਨਾਲੋਂ ਤਾਂ ਚੰਗਾ ਹੈ ਨਾ ਕਿਸੇ ਨੂੰ ਉਹਦੀ ਮਿਹਨਤ ਦੇ ਦਈਏ, ਉਹਦਾ ਰਿਕਸ਼ਾ ਕਰ ਲਈਏ। ਅਤੇ ਇੱਕ ਹੋਰ ਮੈਂ ਇੱਥੇ ਜ਼ਰੂਰ ਇਸ ਕਰਕੇ ਮੈਂ ਪਾਈ ਸੀ ਵੀ ਜੇ ਅਜਿਹੇ ਬਹੁਤ ਰਿਕਸ਼ੇ ਜਿਹੜੇ ਹੈਗੇ ਆ ਚਲਾਉਣ ਵਾਲੇ ਅਪਾਹਜ ਹੁੰਦੇ ਆ ਨਾ ਜੀ, ਹਾਂਜੀ ਹਾਂਜੀ ਹੈਗੇ ਇੱਥੇ ਹੋਰ ਵੀ, ਹਾਂਜੀ ਹੈਗੇ ਬਹੁਤ ਹੁੰਦੇ ਨੇ। ਹੁਣ ਅਸੀਂ ਤਿੰਨ ਬੰਦੇ ਸੀ ਅਸੀਂ, ਮੈਂ ਚੰਗਾ ਨਹੀਂ ਲੱਗਿਆ, ਪਰ ਅਸੀਂ ਚਲੋ ਜਿੰਨਾ ਸਾਤੋਂ ਹੋਇਆ ਧੱਕਾ ਮਾੜਾ ਮੋਟਾ ਲਗਾਉਂਦੇ ਰਹੇ, ਪਰ ਇਹ ਵੀਰ ਨੇ ਲਗਾਉਣ ਨਹੀਂ ਦਿੱਤਾ ਧੱਕਾ ਸਾਨੂੰ ਰਿਕਸ਼ੇ ਨੂੰ। ਪਰ ਤੁਸੀਂ ਸੰਗਤ ਦੇ ਰੂਪ ਦੇ ਵਿੱਚ ਜਦੋਂ ਪੈਦਲ ਜਾਂਦੇ ਹੋ ਨਾ, ਜੇ ਤੁਹਾਨੂੰ ਅਪਾਹਜ ਕੋਈ ਰਿਕਸ਼ੇ ਵਾਲਾ ਦਿਖਦਾ ਹੈ ਤਾਂ ਥੋੜ੍ਹਾ ਜਿਹਾ ਹੱਥ ਲਗਾ ਦਿਆ ਕਰੋ ਰਿਕਸ਼ੇ ਨੂੰ, ਮਤਲਬ ਕਿ ਉੱਤੇ ਸਵਾਰੀ ਬੈਠੀ ਹੈ। ਤਾਂ ਬਹੁਤ ਸਾਰੀ ਸੰਗਤ ਅਜਿਹੀ ਸੀਗੀ ਜਿਹੜੇ ਹੱਥ ਲਗਾਉਂਦੇ ਰਹੇ, ਧੱਕਾ ਲਗਾਉਂਦੇ ਰਹੇ ਵੀਰ ਨੂੰ ਦੇਖ ਕੇ। ਸੋ ਬਹੁਤ ਵਧੀਆ ਉਹ ਕਾਰਜ ਆਪਣੇ ਆਪ ਦੇ ਵਿੱਚ ਇੱਕ ਸੇਵਾ ਹੈ, ਆਪਣੇ ਆਪ ਦੇ ਵਿੱਚ ਇੱਕ ਮਦਦ ਹੈ ਤੁਹਾਡੇ ਵੱਲੋਂ ਕੀਤੀ ਜਾ ਰਹੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ? ਹਾਂਜੀ, ਪਰਿਵਾਰ ਦੇ ਇੱਕ ਕਾਇਆ ਅਤੇ 3 ਗੁੱਡੀਆਂ ਲੜਕੀਆਂ, ਲੜਕੀਆਂ 3। ਕਿੰਨੀ ਉਮਰ ਹੋ ਗਈ ਲੜਕੀਆਂ ਦੀ? ਹੋ ਗਈ ਕਿਤਰੀਆਂ, ਜਵਾਨ ਹੀ ਆ ਲੜਕੀਆਂ, ਵਿਆਹਣ ਯੋਗ ਹੈ? ਹਾਂਜੀ ਵਿਆਹਣ ਯੋਗ। ਪੜ੍ਹ ਲਈਆਂ, ਪੜ੍ਹ ਹਟੀਆਂ, ਪੜ੍ਹਾਈਆਂ? ਹਾਂਜੀ ਪੜ੍ਹਾਈਆਂ। ਅੱਛਾ ਅੱਛਾ। ਕਿੰਨੇ ਸਾਲ ਤੋਂ ਰਿਕਸ਼ਾ ਚਲਾਉਂਦੇ ਹੋ? ਹੋ ਗਿਆ 50 ਸਾਲ ਹੋ ਗਏ। ਗੁਰੂ ਮਹਾਰਾਜ ਨੂੰ ਮੱਥਾ ਵੀ ਟੇਕ ਆਇਓ, ਨਤਮਸਤਕ ਹੋ ਲਿਓ। ਹਾਂਜੀ। ਟੇਕਦੇ ਹੋ ਮੱਥਾ ਡੇਲੀ? ਹਾਂਜੀ ਟੇਕੀ ਦਾ ਜੀ। ਰੋਜ਼ ਟੇਕਦੇ ਹੋ? ਰੋਜ਼ ਰੋਜ਼ ਜਾਣਾ, ਸਬਜ਼ੀਆਂ ਵੀ ਢੋਈਦੀਆਂ ਜੀ। ਹਾਂਜੀ, ਸਬਜ਼ੀਆਂ ਲੰਗਰ ਦੀਆਂ ਢੋਈਦੀਆਂ ਜੀ। ਲੰਗਰ ਦੀਆਂ ਸਬਜ਼ੀਆਂ ਵੀ ਢੋਂਦੇ ਹੋ? ਹਾਂਜੀ ਹਾਂਜੀ। ਮਹਾਰਾਜ ਲੰਗਰ ਵੀ ਦਿੰਦੇ ਆ? ਹਾਂਜੀ ਹਾਂਜੀ। ਚਲੋ ਬਾਬੇ ਦਾ ਸ਼ੁਕਰ ਕਰਿਆ ਕਰੋ। ਹਾਂਜੀ ਹੈ ਨਾ ਜੀ। ਹਾਂਜੀ ਜੀ। ਅਤੇ ਚਲੋ ਹੁਣ ਜ਼ਰੂਰ ਤੁਹਾਨੂੰ ਲੋਕ ਜਿਹੜੇ ਹੈਗੇ ਆ, ਜ਼ਰੂਰ ਮੈਨੂੰ ਲੱਗਦਾ ਵੀ ਮਿਹਨਤ ਨੂੰ ਤੁਹਾਡੀ ਨੂੰ ਦੇਖੂ, ਤੁਹਾਨੂੰ ਦੇਖ ਕੇ ਰਿਕਸ਼ੇ ਜ਼ਰੂਰ ਕਰਨਗੇ। ਉਹ ਵੀ ਭਰਾ ਹੀ ਨੇ ਜਿਹੜੇ ਬਾਕੀ ਦੇ ਨੇ, ਹੈ ਨਾ? ਹਾਂਜੀ। ਸੋ ਜ਼ਰੂਰ ਮੈਂ ਇਹ ਬੇਨਤੀ ਹੈਗੀ ਆ ਵੀ ਅਜਿਹੇ ਲੋਕਾਂ ਨੂੰ ਜ਼ਰੂਰ ਦੇਖ ਲਿਆ ਕਰੋ, ਤਾਂ ਜੋ ਸਾਡੇ ਪੁਰਬ ਜਿਹੜੇ ਹੈਗੇ ਆ ਉਹ ਮਨਾਏ ਹੋਏ ਸਫਲ ਹੋ ਜਾਣ। ਇਸੇ ਕਰਕੇ ਇੱਕ ਮਕਸਦ ਸੀਗਾ ਵੀ ਤੁਹਾਡੇ ਤੱਕ ਇੱਕ ਮੈਸੇਜ ਦੇ ਦਈਏ, ਕਿਉਂਕਿ ਵਿਚਾਰ ਸਾਰਿਆਂ ਦੇ ਅੰਦਰ ਹੁੰਦੇ ਆ, ਪਰ ਤੁਹਾਡੇ ਵਿਚਾਰਾਂ ਦੇ ਮੁਤਾਬਿਕ ਅਸੀਂ ਗੱਲ ਕਰਦੇ। ਹਰ ਕੋਈ ਮਦਦ ਕਰਨੀ ਚਾਹੁੰਦਾ ਹੈ ਗੁਰੂ ਦਾ ਸਿੱਖ, ਵੀ ਮੈਂ ਇਸ ਨੂੰ ਖੁਸ਼ੀ ਨੂੰ ਕਿਵੇਂ ਲੁੱਟਾਂ, ਕਿਵੇਂ ਲਾਹਾ ਲਵਾਂ, ਪਰ ਕਈ ਵਾਰ ਤਰੀਕਾ ਜਾਂ ਫਿਰ ਸਾਡੇ ਮਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਗੱਲ ਫੁਰਨਾ ਆਉਂਦਾ ਨਹੀਂ। ਹੁਣ ਮੇਰੇ ਦਿਮਾਗ ਦੇ ਵਿੱਚ ਆਇਆ ਸੀਗਾ, ਹੋ ਸਕਦਾ ਤੁਹਾਡੇ ਅੰਦਰ ਇਹ ਵਿਚਾਰ ਬੈਠੇ ਹੋਣ, ਉਹ ਬਾਹਰ ਆ ਜਾਣੇ ਆਪਣੇ ਆਪ, ਤੁਸੀਂ ਸਹਿਮਤ ਹੋ ਜਾਣਾ। ਜਿਹਦੇ ਅੰਦਰ ਅਗੇਂਸਟ, ਹਰੇਕ ਦੇ ਅੰਦਰ ਇੱਕ ਵਿਚਾਰ ਬੈਠੇ ਹੁੰਦੇ ਆ, ਪਰ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਉਹ ਕਈ ਐਂਟੀ ਹੋ ਜਾਂਦੇ ਆ, ਕੋਈ ਪੱਖੀ ਹੋ ਜਾਂਦੇ ਨੇ। ਸੋ ਜੇਕਰ ਤੁਹਾਨੂੰ ਇਹ ਗੱਲ ਠੀਕ ਲੱਗੀ ਹੈ ਤਾਂ ਇਹ ਮੈਸੇਜ ਜ਼ਰੂਰ ਸਾਰਿਆਂ ਦਿਓ ਵੀ ਜਿੰਨੇ ਵੀ ਲੋਕ ਮਿਹਨਤੀ ਨੇ ਔਰ ਕਿਰਤ ਕਰ ਰਹੇ ਨੇ, ਗੁਰੂ ਦਾ ਉਪਦੇਸ਼ ਕਮਾ ਰਹੇ ਨੇ, ਉਹਨਾਂ ਨੂੰ ਘੱਟੋ ਘੱਟ ਉਹਨਾਂ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ, ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਨੂੰ ਕਮਾਉਣਾ ਹੀ ਗੁਰੂ ਸਾਹਿਬ ਜੀ ਦੇ ਪੁਰਬ ਮਨਾਉਣੇ ਨੇ, ਪ੍ਰੇਮਾ ਭਗਤੀ ਨਾਲ ਮਨਾਉਣੇ ਨੇ। ਭਾਈ ਗੁਰਦਾਸ ਜੀ ਦਾ ਕਥਨ ਹੈ, ਕੁਰਬਾਨੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਕੁਰਬਾਨੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਬਈ ਉਹ ਕਹਿੰਦੇ ਗੁਰੂ ਸਾਹਿਬ ਉਹਨਾਂ ਸਿੱਖਾਂ ਤੋਂ ਬਲਿਹਾਰ ਜਾਂਦੇ ਨੇ ਜਾਂ ਮੈਂ ਉਹਨਾਂ ਗੁਰਸਿੱਖ ਸਿੱਖਾਂ ਤੋਂ ਬਲਿਹਾਰ ਜਾਂਦਾ ਜਿਹੜੇ ਪ੍ਰੇਮਾ ਭਗਤੀ ਦੇ ਨਾਲ ਗੁਰਪੁਰਬ ਮਨਾਉਂਦੇ ਨੇ। ਸੋ ਪ੍ਰੇਮਾ ਭਗਤੀ ਤਾਂ ਹੀ ਆਪਾਂ ਮਨਾਏ ਸਫਲ ਹੋ ਸਕਦੇ ਜੇ ਅਸੀਂ ਕਿਰਤ ਕਰੋ ਨੂੰ, ਨਾਮ ਜਪੋ ਨੂੰ, ਜਪਾਂਗੇ ਵੀ ਅਤੇ ਕਿਰਤ ਕਰਾਂਗੇ ਵੀ ਅਤੇ ਇਹਨਾਂ ਨੂੰ ਵੰਡਾਂਗੇ ਵੀ। ਸੋ ਸਾਡਾ ਇਹੀ ਮਕਸਦ ਸੀ, ਇਹ ਕਿਰਤ ਕਰ ਰਹੇ ਸੀਗੇ ਵੀਰ ਜੀ ਅਤੇ ਅਸੀਂ ਸੋਚਿਆ ਵੀ ਇਹਨਾਂ ਨੂੰ ਦੀ ਕਿਰਤ ਨੂੰ ਹੋਰ ਵੰਡੀਏ, ਅਸੀਂ ਇਸ ਗੁਰਪੁਰਬ ਦੇ ਵਿੱਚ ਇਸ ਦਿਹਾੜੇ ਦੇ ਵਿੱਚ ਆਪਣਾ ਯੋਗਦਾਨ ਦੇ ਸਕੀਏ। ਧਰਮਿੰਦਰ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਸੁਲਤਾਨਪੁਰ ਲੋਧੀ।